ਇਹਨਾਂ ਨੇ ਸਾਡੇ ਪਿੱਛੇ 30-30 ਸਾਲ ਅੰਦਰ ਗੁਜ਼ਾਰ ਲਏ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਅਸੀਂ ਉਹਨਾਂ ਦੇ ਪਿੱਛੇ ਡਟ ਕੇ ਖੜਾ ਹਾਂ। मतलब नौ महीने सारे चक्के अंदर ना फिर ना भजा दिखारे बनाओ जेडे कह रहे मसला नहीं होना जी ऐ नहीं होता जी मतलब फड़े जाते यही डिमांड यही मांग साडे बंदे नौ दे नौ छड्डो। अपने आप मारो रणजीत सिंह कही जाने लै शेरे पंजाब कही जाने और शेरे पंजाब फड़ा शेरे पंजाब सी और रात में उठ के ना गरीबां दे झोपड़े गेड़े मारदा सी गरीब देखो उन्हें एक बार रणजीत सिंह ने कुत्ते दे गाले च सोनिया चैन पाती ते छड़ता भी देखदा मेरे राजी से चोर तो नहीं है कुत्ता घूमता रहेगा दो दिन किसी चैन नहीं तारी उन्होंने कहना राज चोर कट्ठे हो सारे थक गए सारे एक बैरियर तोड़ना साढ़े लिए कोई बड़ी गल नहीं लोग करते पर असं टकराव चाहते जी आई चाहते 26 जनवरी तक सरकार जी ना ये बंदी सिंह जी आई हर हाल से करे मरण वाला मोर्चा नहीं मर जाएंगे नहीं है मर ही लेंगे दो चीजा सारे लोग जी अलग अलग लगे हुए थे सारे अपने अपने काम से जोड़ रहे पर हम तक सारे इकट्ठिया हो जे रिहाई नहीं हुई तो मैं समझदा भी केंद्र के सूबे की सरकार लिए 26 जनवरी आखिरी 26 जनवरी होगी साडे नाल एक बेइंसाफी वाली गल है इंसानियत नाल किसी नाल भी बेइंसाफी नहीं होनी चाहिए
ਅਸੀਂ ਨਹੀਂ ਆਉਂਦੇ ਸਿੱਖ ਧਰਮ ਨਹੀਂ ਆਉਂਦਾ ਕਿਸੇ ਨਾਲ ਵੀ ਕਿਸੇ ਦੇ ਨਾਲ ਵੀ ਬੇਇਨਸਾਫੀ ਹੋਵੇ ਵੀ 14-14 ਸਾਲ ਤੋਂ ਜਿਹੜੇ ਨੇ 28-28 ਸਾਲ ਹੋ ਗਏ 40-40 ਸਾਲ ਹੋ ਗਏ ਨੇ 40-40 ਸਾਲ ਹੋ ਗਏ ਨੇ ਡੱਕੇ ਨੇ ਸਾਡੇ ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਹੈ ਗੋਤਰਾ ਕਾਂਡ ਵਾਲੇ ਵੀ ਇਹਨਾਂ ਛੱਡ ਦਿੱਤੇ ਰਾਜੀਵ ਗਾਂਧੀ ਵਾਲੇ ਵੀ ਛੱਡ ਦਿੱਤੇ ਸਾਡੇ ਕਿਉਂ ਨਹੀਂ ਛੱਡਦੇ ਸਾਡੇ ਲਈ ਕਾਨੂੰਨ ਵੱਖਰਾ ਹੈ ਸਾਡੇ ਨਾਲ ਇੱਕ ਮਤਲਬ ਇਹ ਬੇਇਨਸਾਫੀ ਹੋ ਰਹੀ ਹੈ ਅਸੀਂ ਇਸ ਵਾਸਤੇ ਧਰਨੇ ਮੋਰਚੇ ਲਾਉਂਦੇ ਹਾਂ ਔਰ ਸਾਨੂੰ ਸ਼ੌਂਕ ਨਹੀਂ ਧਰਨੇ ਮੋਰਚੇ ਲਾਉਣ ਦਾ ਅਸੀਂ ਘਰ ਦੇ ਵਿੱਚ ਬੈਠੇ ਹਾਂ ਬੈਠੇ ਹਾਂ ਬੁੱਢੇ ਸਾਡੇ ਰੋਗ ਨਹੀਂ ਕਰਦਾ 95 ਸਾਲ ਦੇ ਬਜ਼ੁਰਗ ਤੇ ਆਏ ਆ ਇੱਕ ਮਾਨ ਸਰਕਾਰ ਕਹਿੰਦੀ ਸੀ ਕਿ ਸਾਡੇ ਆ ਜਾਣ ਤੇ ਕੋਈ ਧਰਨਾ ਨਹੀਂ ਲੱਗੇਗਾ ਕਿਉਂਕਿ ਸੀ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਇਹ ਦਵਾਦੇ ਕਰਦੇ ਨੇ ਸਾਰੇ ਭੁੱਖੇ ਨੇ ਕੁਰਸੀਆਂ ਦੇ ਜਦੋਂ ਕੁਰਸੀਆਂ ਨੇ ਥੱਲੇ ਆ ਜਾਂਦੀਆਂ ਮਾਨ ਸਾਹਿਬ ਆਏ ਤੇ ਨੀਚੇ ਪੁੱਜ ਜਾਂਦੇ ਨੇ ਸਭ ਕੁਝ ਭੁੱਲ ਜਾਂਦੇ ਆ ਉਦੋਂ ਉਹ ਤਾਂ ਸਭ ਨੂੰ ਪਤਾ ਹੈ ਨਾ ਕਈ ਸਰਕਾਰਾਂ ਆਈਆਂ ਕਈ ਚਿਹਰੇ ਬਦਲੇ ਸਰਕਾਰਾਂ ਆਈਆਂ ਸਭ ਆਈਆਂ ਗਈਆਂ ਟੁੱਟ ਜਾਣਗੀਆਂ ਇਹ ਵੀ ਟੁੱਟ ਜਾਣਗੀਆਂ ਇਹ ਵੀ ਚੱਲੀਆਂ ਜਾਣਗੀਆਂ ਇਹਨਾਂ ਕਿਹੜਾ ਸਜੀਵੀ ਗੱਲ ਪੈ ਰਹਿਣਾ ਸਜੀਵੀ ਗੱਲ ਕਿਸੇ ਵੀ ਨਹੀਂ ਪੈ ਰਹਿਣਾ ਪਰ ਇਹ ਸਿਆਣਪ ਮੇਰੀ ਗੱਲ ਸੁਣੋ ਇਹ ਸਿਆਣਪ ਕਰ ਜਾਣਗੇ ਤੇ ਕੋਈ ਆਪਣਾ ਨਾਂ ਕਰ ਜਾਣਗੇ ਕੱਲ ਨੂੰ ਇਹਨਾਂ ਦਾ ਨਾਂ ਹੋ ਜਾਏਗਾ ਦੇਖਿਆ ਕਿ ਅੱਜ ਲੋਹੜੀ ਮਨਾਉਣ ਲਈ ਗਏ ਹੋਏ ਨੇ ਸੰਗਰੂਰ ਸੀਐਮ ਆ ਆਪਣੀ ਪਤਨੀ ਦੇ ਨਾਲ ਗਿਆ ਹਾਂਜੀ ਉਹ ਤਾਂ ਫਿਰ ਉਹਨਾਂ ਦਾ ਵਿਆਹ ਅੱਗੇ ਇੱਕ ਹੋਇਆ ਅੱਗੇ ਹੁਣ ਹੋ ਗਿਆ ਹੋਰ ਇੱਕ ਹੋ ਜਾਏ ਉਸ ਤੋਂ ਫਿਰ ਲੋਹੜੀ ਮਨਾ ਲੈਣੇ ਕਿ ਇੱਕ ਹੋਰ ਉਹਨਾਂ ਨੂੰ ਕੀ ਫਿਕਰ ਹੈ ਸਾਡੀ ਉਹਨਾਂ ਤੇ ਆਪਣੀ ਫਿਕਰ ਹੈ ਨਾ ਮਤਲਬ ਸੀਐਮ ਬਣਨ ਤੋਂ ਪਹਿਲਾਂ ਤਾਂ ਨਹੀਂ ਸੀ ਵਿਆਹ ਕਰਾਇਆ ਹੁਣ ਤੂੰ ਦੁਬਾਰਾ ਪਰਤ ਕੇ ਵਿਆਹ ਕਰਾ ਲਿਆ ਮੇਰਾ ਨਾਮ ਹੈ ਲੋਕਨੀ ਆ ਮੇਰਾ ਨਾਮ ਭਗਵੰਤ ਮਾਨ ਰਾਮ ਰਹੀਮ ਜਿਹੜੇ ਰਾਮ ਰਹੀਮ ਉਹਨੂੰ ਕਰੋੜ ਕਿੰਨੀ ਵੇਰ ਦੇ ਦੀ ਉਹਨੂੰ ਬਿਕ ਜਾਂਦੇ ਸੀ ਏ ਸੀ ਵਿੱਚ ਲਾ ਕੇ ਆਪਣਾ ਉਹ ਵਿਕੇ ਹੋਏ ਨੇ ਪਹਿਲਾਂ ਹੁਣ ਨੇ ਹੁਣ ਵਿਕਣ ਵਾਲਾ ਕੋਈ ਨੀ ਹੈਗਾ ਇਹ ਨੀ ਹੈਗਾ ਇੱਕ ਹਵਾਰਾ ਨੀ ਹੁਣ ਸਾਰੀ ਹਵਾ ਦੇ ਨੇ ਇੱਕ ਹਵਾਰਾ ਨੀ ਉਹ ਸਾਰੇ ਹਵਾਰੇ ਹੀ ਨੇ ਹੁਣ ਵੀ ਜੇ ਹੁਣ ਚਾਹੇ 4 ਸਾਲ 6 ਨੂੰ ਤਾਂ ਸਾਨੂੰ ਜਾਣਾ ਹੀ ਪੈਣਾ ਇੱਧਰ ਨੂੰ ਹੁਣ ਇੱਧਰ ਨੂੰ ਨਹੀਂ ਕਿਹਾ ਇਹ ਤਾਂ ਹੈ ਨਹੀਂ ਵੀ ਹੁਣ ਇਹ ਕੁਝ ਹੈ ਜਾ ਕੋਈ ਮੋਰਚਾ ਬਣਿਆ ਹੀ ਨਹੀਂ ਇਹ ਤਾਂ ਮਰਨ ਵਾਲਾ ਮੋਰਚਾ ਨਹੀਂ ਮਰ ਜਾਗੇ ਨਹੀਂ ਹਜੇ ਮਾਰੇ ਲੈਂਗੇ ਦੋ ਚੀਜ਼ਾਂ ਨੇ ਹੋਰ ਚੀਜ਼ ਨਹੀਂ ਬਾਕੀ ਮੈਂ ਹੋਰ ਸੰਗਤ ਨੂੰ ਬੇਨਤੀ ਕਰਦਾ ਵੀ ਆ ਜਾਣ ਇੱਥੇ ਸਾਰੇ ਭਾਈ ਰਲ ਕੇ ਆਪਾਂ ਸਾਂਝਾ ਮੋਰਚਾ ਜਿਵੇਂ ਹੁਣ 12 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਬਲਜੀਤ ਸਿੰਘ ਗਾਲਚਾ ਚੰਡੀਗੜ੍ਹ ਬੋਲ ਰਿਹਾ ਇੱਥੇ ਲੰਗਰ ਪਾਣੀ ਦੇ ਸੰਗਤ ਵੱਲੋਂ ਪੰਥ ਵੱਲੋਂ ਹਰ ਤਰ੍ਹਾਂ ਦੀ ਪ੍ਰਬੰਧ ਕੀਤੀ ਗਈ ਪਰ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਗਈ ਸਰਕਾਰ ਨੇ ਸਿਰਫ ਲੋਕਾਂ ਨੂੰ ਕੁੱਟਣ ਵਾਸਤੇ ਚੰਡੀਗੜ੍ਹ ਪੁਲਿਸ ਦਾ ਪ੍ਰਬੰਧ ਕਰ ਰੱਖਿਆ ਅਤੇ ਈਵਨ ਦੇਨ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਵੀ ਵੱਡੀ ਸਮੱਸਿਆ ਹੈ ਵੀ ਬੰਦੇ ਨੇ ਲੇਡੀਜ਼ ਪੁਲਿਸ ਵੀ ਲੱਗੀ ਹੈ ਜੈਂਟਸ ਵੀ ਹੈ ਪੁਲਿਸ ਵਾਲਿਆਂ ਨੇ ਵੀ ਬਾਥਰੂਮ ਜਾਣਾ ਹੁੰਦਾ ਜਾਂ ਮੰਦਰ 'ਚ ਜਾਂਦੇ ਜਾਂ ਫਿਰ ਦਾਏ ਬਾਏ ਖਲੋਗੇ ਕਰਦੇ ਇੱਧਰ ਉੱਧਰ ਗੰਦ ਪੈਂਦਾ ਇੱਕ ਪਾਸੇ ਸਰਕਾਰ ਸਵੱਛ ਭਾਰਤ ਅਭਿਆਨ ਦਾ ਪ੍ਰਚਾਰ ਕਰਦੀ ਹੈ ਦੂਜੇ ਪਾਸੇ ਐਡਾ ਵੱਡਾ ਮੋਰਚਾ ਲੱਗਿਆ ਰੋਡ ਜਾਮ ਹੈ ਅਤੇ ਸਰਕਾਰ ਨੇ ਲੋਕਾਂ ਦੇ ਵਾਥਰੂਮ ਜਾਣ ਵਾਸਤੇ ਚੰਡੀਗੜ੍ਹ ਕਾਰਪੋਰੇਸ਼ਨ ਵੱਲੋਂ ਇੰਨੀ ਗੱਡੀਆਂ ਉੱਥੇ BJP ਦਾ ਕਬਜ਼ਾ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਹੀਂ ਕੀਤਾ ਸੋ ਯਾਦ ਹੈ ਸਰਕਾਰ ਹੱਥ ਖੜੇ ਕਰ ਰਹੇ ਅਸੀਂ ਇੱਕ ਟੋਇਲਟ ਪ੍ਰਭਾਤ ਦਾ ਟਰੱਕ ਵੱਲੋਂ ਜਿਹੜੀ ਕਿ ਇੱਕ ਸਮਾਜ ਸੇਵੀ ਸੰਸਥਾ ਉਹਨਾਂ ਵੱਲੋਂ ਰੱਖਿਆ ਗਿਆ ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਂ ਚੰਡੀਗੜ੍ਹ ਇੱਥੇ ਮੋਰਚਾ ਅਸੀਂ ਖੁਦ ਨਹੀਂ ਲਾਇਆ ਇਹ ਸਰਕਾਰ ਨੇ ਮਜ਼ਬੂਰ ਕੀਤਾ ਪੂਰਾ ਚੰਡੀਗੜ੍ਹ ਜਿਹੜਾ ਨਾ ਇਹ ਬੈਰੀਅਰ ਟੀਵੀ ਕਰ ਰੱਖਿਆ ਪੁਲਿਸ ਫੋਰਸ ਨੇ ਰੁਕਿਆ ਅਸੀਂ ਟਕਰਾਉ ਨਹੀਂ ਜਾਂਦੇ ਨਹੀਂ ਅਤੇ ਇਹ ਬੈਰੀਅਰ ਤੋੜਨਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਤੋੜ ਸਕਦੇ ਪਰ ਅਸੀਂ ਟਕਰਾਉ ਚਾਹੁੰਦੇ ਨਹੀਂ ਆਈ ਚਾਹੁੰਦੇ 26 ਜਨਵਰੀ ਤੱਕ ਸਰਕਾਰ ਜਿਹੜੇ ਨਾ ਇਹ ਬੰਦੀ ਸਿੰਘਾਂ ਜਿਹੜੀ ਆਈ ਹਰ ਹਾਲ 'ਚ ਕਰੇ ਹਰ ਸਾਲ 26 ਜਨਵਰੀ 15 ਅਗਸਤ ਆਉਂਦਾ ਬਾਕੀ ਲੋਕਾਂ ਦੀ ਰਿਹਾਈ ਹੁੰਦੀ ਆ ਇਹਨਾਂ ਦੇ ਵਿੱਚ ਕਾਤਲ ਵੀ ਹੈ ਬਲਾਤਕਾਰੀ ਵੀ ਹੈ ਉਹਨਾਂ ਦੀ ਰਿਹਾਈ ਹੁੰਦੀ ਉਹਨਾਂ ਨੂੰ ਸਜ਼ਾ ਮਾਫ਼ੀ ਮਿਲਦੀ ਆ ਪਰ ਸਾਡੇ
ਸਿੰਘਾਂ ਨੇ ਬੰਦੀ ਸਿੰਘਾਂ ਨੇ 25-25-30 ਸਾਲ ਹੋ ਗਏ ਕੋਈ ਰਿਹਾਈ ਨਹੀਂ ਮਿਲੀ। ਜੇ ਰਿਹਾਈ ਨਹੀਂ ਹੋਈ ਤਾਂ ਮੈਂ ਸਮਝਦਾ ਵੀ ਕੇਂਦਰ ਅਤੇ ਸੂਬੇ ਦੀ ਸਰਕਾਰ ਲਈ ਇਹ 26 ਜਨਵਰੀ ਆਖਰੀ 26 ਜਨਵਰੀ ਹੋਏਗੀ ਅਤੇ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਤਾਂ ਨਾ ਇਨਸਾਫੀ ਨਹੀਂ ਕਰਨੀ। ਬਿਲਕੁਲ ਤਾਂ ਸਿੱਧੀ ਚੇਤਾਵਨੀ ਹੈ ਕਿ 26 ਜਨਵਰੀ ਤੋਂ ਪਹਿਲਾਂ ਜਾਂ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇ, ਨਹੀਂ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਇਹ ਕਿਹੜੀ 26 ਜਨਵਰੀ ਆਈ ਆ ਉਹਨਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਵੰਤ ਸਿੰਘ ਖਾਲਸਾ। ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹੋਏ ਸਾਰੇ ਭਾਰਤ ਵਿੱਚ ਅਸੀਂ ਕਿਹੜੇ ਭਾਰਤ ਦੇਸ਼ ਕਹਿੰਦੇ 1947 ਦਾ ਆਜ਼ਾਦ ਹੋਇਆ, 1947 ਦਾ ਆਜ਼ਾਦ ਨਹੀਂ ਹੋਇਆ, ਗੋਰਿਆਂ ਅੰਗਰੇਜ਼ਾਂ ਤੋਂ ਛੁੱਟ ਕੇ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੋ ਗਿਆ। ਇਹਨਾਂ ਸਰਕਾਰਾਂ ਨੇ ਕੋਈ ਗਰੀਬ ਦੀ ਅਤੇ ਸਾਡੇ ਕਿਸੇ ਦੀ ਕੋਈ ਹਿੰਦੂ ਦੀ ਕੋਈ ਗੱਲ ਨਹੀਂ ਕੀਤੀ, ਇਹਨਾਂ ਸਰਮਾਏਦਾਰਾਂ ਦੀ ਗੱਲ ਕੀਤੀ ਹੈ। ਸਾਡਾ ਦੇਸ਼ ਆਜ਼ਾਦ ਹੋਇਆ ਅਤੇ ਸਾਡੇ ਦੇਸ਼ ਦੇ ਵਿੱਚ ਵੱਖ ਵੱਖ ਜਿਹੜੇ ਗਰੀਬ ਲੋਕ ਨੇ ਉਹ ਉਸ ਤਰ੍ਹਾਂ ਹੀ ਸੰਤਾਪ ਭੋਗ ਰਹੇ ਨੇ। ਗਰੀਬ ਸਾਡਾ ਐਸੀ ਸੰਵਿਧਾਨ ਦੇ ਵਿੱਚ 10 ਸਾਲਾਂ ਵਿੱਚ ਦੱਸਿਆ ਸੀ, 10 ਸਾਲਾਂ ਬਾਅਦ ਸੋਧ ਕਰਨ ਦੀ ਗੱਲ ਕੀਤੀ, ਗਰੀਬ ਐਸੀ ਵਾਈ ਮਰ ਰਿਹਾ। ਸਾਡੇ ਕੱਲ੍ਹ ਧਰਨੇ ਦੇ ਵਿੱਚ ਘੱਟ ਤੋਂ ਘੱਟ 500 ਬੰਦਾ ਸਾਡੇ ਫਿਰੋਜ਼ਪੁਰ ਤੋਂ ਐਸੀ ਤੋਂ 2 ਬੱਸਾਂ ਭਰ ਕੇ ਔਰ ਗੱਡੀ ਨਾਲ ਵੀ ਇੱਥੇ ਧਰਨੇ 'ਚ ਆਈਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਬੰਦੀ ਸਿੰਘਾਂ ਦੀ ਰਿਹਾਈ ਕਰਕੇ ਅਸੀਂ ਇਸ ਸਿਸਟਮ ਨੂੰ ਬਦਲਣਾ ਚਾਹੁੰਦੇ ਹਾਂ। ਇਹ ਸਿਸਟਮ ਬਹੁਤ ਗਲਤ ਹੋ ਚੁੱਕਿਆ। ਗਰੀਬ ਐਸੀ ਦੀ ਵੀ ਗੱਲ ਨਹੀਂ ਸੁਣ ਰਿਹਾ, ਗਰੀਬ ਹਿੰਦੂ ਦੀ ਵੀ ਗੱਲ ਨਹੀਂ ਸੁਣ ਰਿਹਾ, ਇਸ ਸਮਾਜਦਾਰਾਂ ਦੀ ਗੱਲਾਂ ਕਰ ਰਿਹਾ। ਅਸੀਂ ਇੱਧਰ ਹੁਣ ਸਾਰੇ ਭਾਰਤ 'ਚ ਘੁੰਮ ਰਹੇ ਹਾਂ, ਅੱਖਾਂ ਨਾਲ ਜ਼ਿਆਦਾ ਵਿਤਕਰਾ ਕੀਤਾ ਜਾਂਦਾ। ਮੈਂ ਸਿੱਖ ਜਥੇਬੰਦੀ ਨੂੰ ਅਪੀਲ ਕਰਨੀ ਚਾਹੁੰਦਾ, ਤੁਹਾਡੇ ਮਾਝੇ ਮਰਾਏ ਜਿਹੜੇ ਵੱਖਰੇ ਵੱਖਰੇ ਗਰੁੱਪਾਂ ਦੇ ਵਿੱਚ ਨੇ, ਉਹ ਅਕਾਲ ਤਖਤ ਦੇ ਨਾਮ ਥੱਲੇ ਉਹ ਨਿਸ਼ਾਨ ਸਾਹਿਬ ਥੱਲੇ ਠੋਕ ਕੇ ਇਸ ਲੜਾਈ ਨੂੰ ਅੱਗੇ ਲੈ ਰਹੇ ਹਨ। ਉਹਨਾਂ ਨੂੰ ਆਪਣੀ ਕੁਰਸੀਆਂ ਦਾ ਡਰ ਪਿਆ ਹੈ, ਉਹਨਾਂ ਨੂੰ ਕੁਰਸੀਆਂ ਦੀ ਝਾਕ ਛੱਡ ਦੇਣੀ ਚਾਹੀਦੀ ਹੈ। ਸਮਾਜ ਨੂੰ ਸਮਾਜ 'ਚ ਰਹਿਣ ਦੇਣਾ ਚਾਹੀਦਾ। ਅਸੀਂ ਜੀਓ ਨੇ ਜੀਨੇ ਦਿਓ, ਸਾਨੂੰ ਸਨਮਾਨ ਦਾ ਅਧਿਕਾਰ ਦਿਓ। ਅਸੀਂ ਕੋਈ ਹਿੰਦੂਆਂ ਦੇ ਵਾਰੀ ਨਹੀਂ, ਕੋਈ ਮੁਸਲਮਾਨਾਂ ਦੇ ਨਹੀਂ ਗਏ। ਕੀ ਲੱਗਦਾ ਕਿ ਕਿਉਂ ਡਰ ਪਿਆ ਹੋਇਆ ਜੀ, ਬਾਹਰ ਆ ਵੀ ਜਾਂਦੇ ਨੇ ਤਾਂ ਕੀ ਹੋ ਜਾਏਗਾ? ਕਿਉਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਮ ਆਪ ਹਰ ਇਨਸਾਨ ਨੂੰ ਸੁੱਖ ਸ਼ਾਂਤੀ ਮਿਲੇਗੀ, ਮਹਾਰਾਜ ਰਣਜੀਤ ਸਿੰਘ ਤੇਰਾ ਰਾਜ ਹੋਏਗਾ, ਸਭ ਦੇ ਪੜੇਗਾ। ਕਿਸੇ ਮੰਦਿਰ 'ਤੇ ਕਿਸੇ ਮਸਜਿਦ 'ਤੇ ਕੋਈ ਬੰਦਾ ਨਹੀਂ ਟਾਹੇਗਾ, ਸਾਰਿਆਂ ਨੂੰ ਸਮਾਨ ਦਾ ਅਧਿਕਾਰ ਦੇਣਗੇ ਔਰ ਸਾਰਿਆਂ ਦੀ ਰਾਖੀ ਕਰਨਗੇ। ਸਾਡੇ ਗੁਰੂ ਮਹਾਰਾਜ ਨੇ ਵਹਿਮਾਂ ਭਰਮਾਂ ਤੋਂ ਕੱਢਿਆ ਸੀ ਸਾਡੇ, ਅੱਜ ਦੇ ਵੀ ਜਿਹੜੇ ਨਾ ਗੁਰੂ ਘਰ ਦੇ ਕਈ ਪਾਠੀ ਵਹਿਮਾਂ ਭਰਮਾਂ 'ਚ ਪਾਉਂਦੇ ਨੇ। ਬਾਬੇ ਨਾਨਕ ਨੇ ਤਾਂ ਵਹਿਮ ਭਰਮ ਕੱਢਿਆ ਸੀ, ਅੱਜ ਦੇ ਜਿਹੜੇ ਪਖੰਡੀ ਸਾਡੇ ਬਾਬੇ ਬਣ ਗਏ। ਅਸੀਂ ਸਰਬ ਸਾਂਝੀ ਵਾਲਤਾ ਲਓ, ਸਾਰਾ ਭਾਰਤ ਵਿੱਚ ਲੋਕ ਵੀ ਤਿਆਰ ਨੇ। ਮੈਂ ਬ੍ਰਾਹਮਣ ਮਹਾਸਭਾ ਦੇ ਇਕੱਠ ਵੀ ਗਿਆ, ਹਿੰਦੂਆਂ ਦੇ ਵੀ ਗਿਆ, ਅਸੀਂ ਮੁਸਲਮਾਨਾਂ ਦੇ ਵੀ ਗਏ ਹਾਂ। ਉਹਨਾਂ ਨੇ ਕਿਹਾ ਸਾਨੂੰ ਗਰੀਬ ਦੀ ਗੱਲ ਨਹੀਂ ਕਰ ਰਿਹਾ, ਸਾਰਾ ਸਿਸਟਮ ਉਲਗਾੜ ਚੁੱਕੇ ਆ। ਅਸੀਂ ਰਲ ਮਿਲ ਕੇ ਭਾਈਚਾਰਾ ਬਣਾਉਣੀ ਸਾਂਝ ਬਣਾਉਣੇ ਹਾਂ। ਸਾਡੇ ਗੁਰੂਆਂ ਦਾ ਪ੍ਰੋਗਰਾਮ ਸੀ, 5 ਪਿਆਰੇ ਬਣਾਏ ਸੀ, ਸਾਡੇ ਸਾਖੀ ਲਈ ਕਰੇ ਤਿਆਰ ਕੀਤੇ ਸੀ। ਅਸੀਂ ਉਹਨਾਂ ਸੱਦਿਆਂ ਦਿੰਦੇ ਹੋਏ ਅੱਜ ਇਸ ਮੋਰਚੇ 'ਚ ਹੀ ਆਏ ਹਾਂ। ਅਸੀਂ ਮੋਰਚੇ 'ਤੇ ਜਾਏ ਹਾਂ ਔਰ ਬੰਦੀ ਸਿੰਘਾਂ ਨੂੰ ਰਿਹਾਅ ਕਰਾ ਕੇ ਸਭ ਭਾਰਤ ਦੇ ਵਿੱਚ ਇਨਸਾਫ ਦਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪੁੱਛੋ ਕੁਛ ਸੋਨਿਹਾਲ ਸਤਿ ਸ੍ਰੀ ਅਕਾਲ। ਆਪਣਾ ਫਰਜ਼ ਹੈ ਜੀ, ਆਪਾਂ ਉਹਨਾਂ ਨੂੰ ਮਤਲਬ ਰਿਹਾਅ ਕਰਾਉਣ ਵਾਸਤੇ ਆਪਾਂ ਆਪਦੀ ਪੂਰੀ ਕੋਸ਼ਿਸ਼ ਕਰਨੀ ਹੈ। ਅੱਗੇ ਸਰਕਾਰਾਂ ਤਾਂ ਪਹਿਲੇ ਵੀ ਨਹੀਂ ਸੁਣਦੀਆਂ, ਪੱਕਾ ਮੋਰਚਾ ਲੱਗ ਰਿਹਾ। ਬਾਕੀ ਇਹ ਮੋਰਚਾ ਪੱਕਾ ਰਹੂਗਾ ਜੀ। ਅਸੀਂ ਆਪਦੇ ਪੂਰੇ ਕੰਮ ਕਾਰ ਛੱਡ ਕੇ ਜਿਨ੍ਹਾਂ ਨੇ ਸਾਡੇ ਪਿੱਛੇ 30-30 ਸਾਲ ਅੰਦਰ ਗੁਜ਼ਾਰ ਲਿਆ ਅਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ, ਅਸੀਂ ਉਹਨਾਂ ਦੇ ਪਿੱਛੇ ਡਟ ਕੇ ਖੜਾਂਗੇ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਜੌਬ ਕਰਦਾ ਜੀ, ਇੱਥੇ ਮੈਂ ਕੈਬ ਚਲਾਉਂਦਾ ਜੀ। ਬਾਬੇ ਨਾਨਕ ਦਾ ਜੀ, ਸਭ ਨੂੰ ਜੀ ਆਇਆ ਜੀ। ਬਾਬੇ ਨਾਨਕ ਨੇ ਫਰਕ ਨਹੀਂ ਕੀਤਾ, ਅਸੀਂ ਕੌਣ ਨੇ ਫਰਕ ਕਰਨਾ? ਬਿਲਕੁਲ, ਪੰਗਤ 'ਚ ਬੈਠ ਕੇ ਪੂਰੀ ਮਰਿਆਦਾ 'ਚ ਸਕਦੇ ਨੇ ਜੀ। ਇਹ ਨਮਸਕਾਰ ਕਰਦੇ ਅਸੀਂ ਖੁਦ ਦੇਖਦੇ ਨੇ ਲੰਗਰ ਨੂੰ, ਅਤੇ ਜਦੋਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਜੰਗ ਯਾਦ ਹੋਣੀ ਹੈ, ਜਦੋਂ ਭਾਈ ਘਨੱਈਏ ਦੀ ਸ਼ਿਕਾਇਤ ਹੋਈ ਹੈ ਕਿ ਜੀ ਦੁਸ਼ਮਣਾਂ ਨੂੰ ਬਰਾਬਰ ਪਾਣੀ ਪਿਲਾਉਂਦੇ ਨੇ, ਇਹਨਾਂ ਨੂੰ ਫਿਰ ਖੜ੍ਹੇ ਕਰ ਦਿੰਦੇ ਆ ਸਾਡੇ ਨਾਲ ਲੜਨ ਵਾਸਤੇ, ਅਤੇ ਗੁਰੂ ਗੋਬਿੰਦ ਸਿੰਘ ਇੰਨੇ ਖੁਸ਼ ਹੋਏ ਉਹ ਤੋਂ ਜਦੋਂ ਗੁਰੂ ਸਾਹਿਬ ਨੇ ਵਚਨ ਉਲਾਸ ਕੀਤਾ ਭਾਈ ਘਨੱਈਏ ਨਾਲ, ਅਤੇ ਉਹਨਾਂ ਨੇ ਜਦੋਂ ਵਚਨ ਕੀਤੇ ਕਿ ਗੁਰੂ ਸਾਹਿਬ ਮੈਨੂੰ ਕੋਈ ਵੈਰੀ ਲੱਗਦੇ ਹੀ ਨਹੀਂ,
ਬੀਜੇਪੀ ਸੈਂਟਰ ਗੌਰਮੈਂਟ ਦੇ ਜਿੰਨੇ ਮੰਤਰੀ ਆ ਉੱਥੇ ਦਾ ਰਾਸ਼ਟਰਪਤੀ ਦੇਸ਼ ਦਾ ਮਾਲਕ ਭਾਰਤ ਦਾ ਮਾਲਕ ਉਹਨੂੰ ਪੁੱਛਦਿਆਂ ਕੋਈ ਜਵਾਬ ਨਹੀਂ ਦੋਵੇਂ ਦਾ ਜਵਾਬ ਮੈਂ ਪੁੱਛਦਾ ਕੋਈ ਹੈ ਜਵਾਬ ਇਹਦਾ ਜੇ ਬੰਦੇ ਛੱਡ ਬੜੀ ਹੋ ਗਿਆ ਕੋਈ ਹੋ ਗਿਆ ਪਿੱਛੇ 11 ਜਨਵਰੀ ਨੂੰ 2022 ਅਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਸੀ ਤੁਸੀਂ ਮੋਰਚਾ ਲਾ ਇਹਨਾਂ ਨੇ ਵਿਸ਼ਵਾਸ ਦਵਾ ਕੇ ਸਾਨੂੰ ਪ੍ਰਸ਼ਾਸਨ ਚੰਡੀਗੜ੍ਹ ਨੇ ਗਵਰਨਰ ਤੱਕ ਲੈ ਗਏ ਗਵਰਨਰ ਜੀ ਨੂੰ ਮਿਲਾਇਆ ਉਹ ਕਹਿੰਦੇ ਲੈ ਤਾਂ ਗੱਲ ਸੱਚੀ ਆ ਤੁਸੀਂ ਦਿਓ ਜੋ ਤੁਹਾਡੇ ਕੋਲ ਹੈ ਸੱਚਾਈ ਵੀ ਇਹਨਾਂ ਨੇ ਸਜ਼ਾ ਭੁਗਤ ਲਈ ਹੈ ਕਾਨੂੰਨ ਨੂੰ ਇੰਨੀ ਸਜ਼ਾ ਹੋਈ ਉਹ ਸਾਰੇ ਪਰਚੇ ਲੈ ਕੇ ਅਸੀਂ ਉਹਨੂੰ ਦਿੱਤੇ ਉਹ ਚੰਦਰਵਾਲ ਕਹਿੰਦਾ ਮੇਰੇ ਨਾਲ ਖੜੇ ਮੇਰੀ ਸ਼ੋਰ ਦੱਸੋ ਕੀ ਕਰੀਏ ਗਵਰਨਰ ਇਹ ਗੱਲ ਕਹਿ ਰਿਹਾ ਮੇਰੇ ਵਾਸਤੇ ਕਹਿੰਦਾ ਉਹ ਗਵਰਨਰ ਸਾਨੂੰ ਜਿੰਨੇ ਆਣਾ ਇੱਥੇ ਆ ਸਾਡੀ ਇਹੀ ਡਿਮਾਂਡ ਹੈ ਇਹੀ ਮੰਗ ਹੈ ਸਾਡੇ ਬੰਦੇ ਨੌ ਦੇ ਨੌ ਛੱਡੋ ਸਾਡੀ ਸੰਗਤ ਆ ਕੇ ਇੱਥੇ ਬਹਿਣਗੇ